Hello everyone, welcome to my channel SG Education Channel. Friends, ਅੱਜ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਲਾਲ ਬਹਾਦਰ ਸ਼ਾਸਤਰੀ ਦੇ 10 ਲਾਈਨਾਂ ਪੰਜਾਬੀ ਵਿੱਚ। ਪਹਿਲੀ ਲਾਈਨ, ਲਾਲ ਬਹਾਦਰ ਸ਼ਾਸਤਰੀ ਇੱਕ ਸੱਚੇ ਦੇਸ਼ ਭਗਤ ਅਤੇ ਮਹਾਨ ਸੁਤੰਤਰਤਾ ਸੈਨਾਨੀ ਸਨ। ਦੂਜੀ ਲਾਈਨ, ਉਹ ਭਾਰਤ ਦੇ ਮਹੱਤਵਪੂਰਨ ਨੇਤਾਵਾਂ ਵਿੱਚੋਂ ਇੱਕ ਸਨ। ਉਹ ਆਜ਼ਾਦ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਬਣੇ। ਤੀਜੀ ਲਾਈਨ, ਉਹਨਾਂ ਦਾ ਜਨਮ ਦੋ ਅਕਤੂਬਰ 1904 ਨੂੰ ਵਾਰਾਣਸੀ ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਚੌਥੀ ਲਾਈਨ, ਉਹਨਾਂ ਦੇ ਪਿਤਾ ਦਾ ਨਾਂ ਦਾਦਾ ਪ੍ਰਸਾਦ ਸ਼੍ਰੀਵਾਸਤਵ ਅਤੇ ਮਾਤਾ ਦਾ ਨਾਂ ਰਾਮ ਦੁਲਾਰੀ ਸੀ। ਪੰਜਵੀਂ ਲਾਈਨ, ਲਾਲ ਬਹਾਦਰ ਸ਼ਾਸਤਰੀ ਜੂਨ 1964 ਤੋਂ 11 ਜਨਵਰੀ 1966 ਤੱਕ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਰਹੇ। ਛੇਵੀਂ ਲਾਈਨ, ਉਹਨਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਸੀ। ਸੱਤਵੀਂ ਲਾਈਨ, ਉਹ ਹਮੇਸ਼ਾ ਸੱਚ ਅਤੇ ਅਹਿੰਸਾ ਦੇ
ਵੀਜ਼ਾ ਲੈਣ ਕਰਕੇ ਉਹਨਾਂ ਨੂੰ ਜੇਲ ਵੀ ਜਾਣਾ ਪਿਆ। ਨੌਵੀਂ ਲਾਈਨ 11 ਜਨਵਰੀ 1966 ਨੂੰ ਉਹਨਾਂ ਦੀ ਮੌਤ ਹੋ ਗਈ। ਦਸਵੀਂ ਲਾਈਨ 1966 ਵਿੱਚ ਮਰਨ ਤੋਂ ਬਾਅਦ ਉਹਨਾਂ ਨੂੰ ਭਾਰਤ ਰਤਨ ਨਾਲ ਸਨਮਾਨ